देखिए प्रोग्राम फजूल टॉक अपने पसंदीदा और तंज व मजा से भरपूर यूट्यूब चैनल अलबेला टीवी पर। तमाम शोज देखने के लिए अलबेला टीवी को सब्सक्राइब करके बेल आइकॉन दबाएं। अस्सलाम वालेकुम खवातीन हजरात, आप देख रहे हैं अलबेला टीवी। हमारी कोशिश रही है हमेशा कि आपको कुछ ऐसे किरदारों से मिलाया जाए जो इस मुआशरे में रहते हुए हमारी तवज्जो चाहते हैं। आज के जो हमने अपने मुआशरे से किरदार लिए हैं वो हैं बैंड मास्टर। इस वक्त हमारे पास बैठे हैं, तो आएं फिर उनसे बात करते हैं। अस्सलाम वालेकुम। वालेकुम सलाम बीरे, शुरू करिए, बजाइए। तो सर बजाना नहीं, तुसी बरात ते नहीं आए हैं जी, तुसी स्टूडियो च बैठे हो। तो मैं तो घरों वर्दी पा के आ गया, अगर मैंने पता होंदा मैं पेंट कोट पा होंदा। तुसी पेंट कोट थलों पाया, मैं नज़र आ रहे हैं। नहीं थलों तो सलवार कमीज आ बीरे। ਉਹੀ ਗੱਲ ਹੋ ਗਈ ਕਿ ਥੱਲੋਂ ਤੁਸੀਂ ਲਿਬਾਸ ਪਾਇਆ ਕਿ ਤੁਸੀਂ, ਮੈਨੂੰ ਪਤਾ ਕਿ ਵਰਦੀ ਉਤਾਰ ਕੇ ਤੁਸੀਂ ਦਿਹਾੜੀ ਲਾਉਣ ਵੀ ਜਾ ਸਕਦੇ ਹੋ ਮਜ਼ਦੂਰਾਂ ਨਾਲ। ਨਹੀਂ ਦੇਖੋ ਇਹ ਵੀ ਮਜ਼ਦੂਰੀ ਆ ਵੀਰੇ, ਹੁਣ ਕੰਮ ਤਾਂ ਰਹਿ ਕੋਈ ਨਹੀਂ ਗਿਆ, ਬਸ ਫਿਰ ਵਜਾ ਵਜੂ ਲਈਦਾ ਕਿਸੇ ਟਾਈਮ। ਅਤੇ ਇੱਕ ਗੱਲ ਯਾਦ ਰੱਖਣੀ, ਇੱਥੇ ਸਟੂਡੀਓ 'ਚ ਵਜਾਉਣਾ ਨਹੀਂ। ਅੱਛਾ ਜੀ, ਹਾਂਜੀ, ਇੱਥੇ ਫੌਤਗੀ ਹੋਈ ਕੋਈ ਮਸਲਾ ਕੀ ਆ? ਸਰ ਮਾਸਟਰ ਸਾਹਿਬ ਇੱਥੇ ਬਰਾਤ ਵੀ ਨਹੀਂ ਆਈ ਜੇ ਫੌਤਗੀ ਨਹੀਂ। ਜਦੋਂ ਵੱਡੇ ਵੱਡੇ ਸ਼ਹਿਨਸ਼ਾਹ ਆਉਂਦੇ ਸਾ, ਮੇਰਾ ਦਾਦਾ ਉਹ ਵਜਾਉਂਦਾ ਹੁੰਦਾ ਸੀ, ਉੱਥੇ ਖੜਾ ਹੋ ਕੇ ਜੰਗਾਂ ਜਿੱਤੀਆਂ ਉਹਦੇ 'ਚ ਵਜਾਉਂਦਾ ਹੁੰਦਾ ਸੀਗਾ। ਲੇਕਿਨ ਇੱਥੇ ਬਰਾਤ ਨਹੀਂ, ਕੋਈ ਖੁਸ਼ੀ ਨਹੀਂ, ਕੋਈ ਸਾਲਗਿਰਾ ਨਹੀਂ, ਕੋਈ ਹਕੀਕਾ ਨਹੀਂ, ਤੁਸੀਂ ਇੰਟਰਵਿਊ ਦੇਣ ਆਏ ਹੋ, ਫਜ਼ੂਲ ਟਾਕ 'ਚ ਬੈਠੇ ਹੋ। ਇੰਟਰਵਿਊ ਵੀਰੇ ਮੈਂ ਕਿੱਥੋਂ ਦੇਣਾ ਵੀਰੇ, ਮੈਂ ਤਾਂ ਮਸਕੀਨ ਆਦਮੀ ਹਾਂ, ਮੇਰੇ ਕੋਲ ਮਤਲਬ ਹੈ ਹੀ ਕੁਛ ਨਹੀਂ ਹੈਗਾ। ਅਸੀਂ 8 ਦਿਨ ਹੋ ਗਏ ਕੰਮ ਹੀ ਕੋਈ ਨਹੀਂ ਲੱਗਾ, ਮੈਂ ਤੈਨੂੰ ਇੰਟਰਵਿਊ ਕਿੱਥੋਂ ਦੇ ਦਿਆਂ? ਤੁਹਾਡੇ ਕੋਲੋਂ ਕੋਈ ਫੀਸ ਨਹੀਂ ਲੈਣੀ, ਫਰੀ ਇੰਟਰਵਿਊ ਹੈ, ਇਹਦੇ 'ਚ ਤੁਸੀਂ ਸਾਨੂੰ ਆਪਣੇ ਮਸਾਇਲ ਦੱਸਣੇ ਨੇ। ਅੱਛਾ ਲਾ, ਉਹ ਤਾਂ ਬਹੁਤ ਆ, ਯਕੀਨ ਕਰੋ, ਵੱਡਾ ਮੁੰਡਾ ਮੇਰਾ ਛੱਤ ਤੋਂ ਡਿੱਗ ਪਿਆ, ਬਿਜਲੀ ਦਾ ਬਿੱਲ ਇੰਨਾ ਆ ਗਿਆ, ਗੈਸ ਤਾਂ ਉਹ ਨਹੀਂ ਆਉਣ ਦਈ, ਮੇਰੇ ਗਰਮ ਹੋਏ ਪਏ ਆ, ਬਰਾਤ ਤਾਂ ਉਹ ਵੀ ਕੋਈ ਨਹੀਂ। ਉਹ ਇਹ ਮਸਲੇ ਨਹੀਂ ਭਾਅ ਜੀ, ਮੈਂ ਤੁਹਾਨੂੰ ਬੈਂਡ ਮਾਸਟਰ ਸਾਹਿਬ ਇਹ ਪੁੱਛਣਾ ਹੈ ਕਿ ਹਕੂਮਤ ਤੁਹਾਡੇ ਲਈ ਐਸਾ ਕੀ ਕਰੇ ਕਿ ਤੁਹਾਡੀਆਂ ਔਲਾਦਾਂ ਪੜ੍ਹ ਜਾਣ, ਇਸ ਕੰਮ ਵੱਲ ਨਾ ਆਉਣ। ਹੁਣ ਇਹ ਕੰਮ ਜਿਹੜਾ ਮੱਧਮ ਹੋ ਗਿਆ, ਘੱਟ ਗਿਆ, ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ। ਅਸਲ 'ਚ ਗੱਲ ਇਹ ਹੈ ਬਈ, ਆਪਣਾ ਮਾਸ਼ਰਾ ਚੇਂਜ ਹੋ ਗਿਆ ਬਹੁਤ ਜ਼ਿਆਦਾ ਜੀ। ਇੰਟਰਨੈਟ ਆ ਗਿਆ ਹੈ, ਮੋਬਾਈਲ ਆ ਗਏ ਆ, ਦੁਨੀਆ ਤਰੱਕੀ ਕਰ ਗਈ ਆ ਬਹੁਤ, ਠੀਕ ਹੈ। ਲੇਕਿਨ ਅੱਜ ਅਸੀਂ ਵੀ ਉਹੀ ਵਰਦੀ ਤਾਂ ਉਹੀ ਬਾਜਾ ਹੈ, ਅਸੀਂ ਆਪਣੇ ਕਲਚਰ ਨੂੰ ਜਿੰਦਾ ਰੱਖਿਆ। ਪਹਿਲੇ ਅਸੀਂ ਬਰਾਤਾਂ ਦੇ ਵਿੱਚ ਬਾਜਾ ਵਜਾਉਂਦੇ ਸਾਂ, ਲੋਕ ਬਹੁਤ ਖੁਸ਼ ਹੁੰਦੇ ਸੀ, ਹੁਣ ਟਾਈਮ ਕੋਈ ਨਹੀਂ। 10 ਵਜੇ ਸ਼ਾਦੀ ਹਾਲ 'ਚ ਛਾਪਾ ਪੈ ਜਾਂਦਾ, 3 ਵਾਰੀ ਮੇਰਾ ਅੱਬਾ ਫੜਿਆ ਥਾਣੇ, ਮੈਂ ਛੁਡਾ ਕੇ ਲਿਆ, ਮੈਨੂੰ ਪਤਾ ਕਿੱਦਾਂ ਮੈਂ ਬਈ, ਤੁਸੀਂ ਲਾੜੇ ਨੂੰ ਫੜੋ, ਮੇਰੇ ਅੱਬੇ ਨੂੰ ਕੱਲ੍ਹ ਹੀ ਫੜ ਲਿਆ। ਉਹਦਾ ਕੀ ਕਸੂਰ ਆ? ਉਹ ਤਾਂ ਸ਼ਾਦੀ 'ਚ ਬਾਜਾ ਵਜਾਉਣ ਗਿਆ ਵਿਚਾਰਾ, ਉਹ ਕੋ ਬੰਬ ਚਲਾਉਣ ਗਿਆ ਉੱਥੇ, ਉਹਨੂੰ ਕੱਲ੍ਹ ਹੀ ਫੜ ਲਿਆ। ਹੁਣ ਬੁਲਾਉਂਦੇ ਨਹੀਂ ਤੁਹਾਨੂੰ ਬਾਜਾ ਵਜਾਉਣ ਲਈ? ਲੋਕ ਨਹੀਂ ਬੁਲਾਉਂਦੇ ਹੈ ਪੁੱਤ, ਪਤਾ ਕੀ ਆ, ਆਪਣਾ ਖੈਬਰ ਮੇਲ ਜਾਂ ਤੇਜ਼ਗਾਮ ਟ੍ਰੇਨਾਂ, ਠੀਕ ਹੈ, ਉਹ ਟਾਈਮ ਨਾਲ ਨਹੀਂ ਆਉਂਦੀਆਂ ਸਾਡੇ ਮੁਲਕ 'ਚ, ਅਸੀਂ ਟਾਈਮ ਨਾਲ ਪਹੁੰਚ ਜਾਂਦੇ ਹਾਂ। ਮੇਰਾ ਆਪਣਾ 6 GB ਹੈ, ਉਹਦੇ 'ਚ 12 ਬੰਦੇ ਬਹਿ ਜਾਂਦੇ ਆ। ਉਹਦੇ 'ਤੇ ਕੀ ਕਰਦੇ ਹੋ ਤੁਸੀਂ? ਆਹ ਜਿਹੜੀ ਮੇਰੀ ਨਾ ਆਪਾਂ ਬੈਂਡ ਵਾਲੀ ਹੈ, ਉਹਨਾਂ ਨੇ ਬਾਹਰੋਂ ਵੀ ਤਾਂ ਕਨਵੇਸ ਲੈਣੀ ਹੁੰਦੀ ਹੈ, ਠੀਕ ਹੈ, ਮੈਂ ਆਪਣੀ ਬਣਾ ਲਈ, ਉਹਨਾਂ ਨੂੰ ਵਿੱਚ ਬਾ ਲਈਦਾ, ਤਾਂ ਫਿਰ ਬਰਾਤ 'ਤੇ ਪਹੁੰਚ ਜਾਈਦਾ ਠਾਹ ਕਰਕੇ। ਇਹ ਦੱਸੋ ਮਾਸਟਰ ਸਾਹਿਬ, ਹਾਂਜੀ, ਕਿ ਤੁਹਾਨੂੰ ਜਦੋਂ ਬਰਾਤ 'ਤੇ ਖੜਦੇ ਨੇ ਤਾਂ ਬੱਸ ਦੀ ਛੱਤ 'ਤੇ ਕਿਉਂ ਬਿਠਾਉਂਦੇ ਆ? ਤੁਹਾਨੂੰ ਵਿੱਚ ਬੰਦਿਆਂ 'ਚ ਗਿਣਦੇ ਨਹੀਂ ਜਾਂ ਬੰਦਿਆਂ 'ਚ ਬਿਠਾਉਂਦੇ ਨੇ ਤੁਹਾਨੂੰ? ਗੱਲ ਇਹ ਨਹੀਂ ਗੀ, ਅਸਲ ਦੇ ਵਿੱਚ ਪਤਾ ਕੀ ਹੈ, ਇੱਕ ਬੰਦੇ ਦੀ ਵਜ੍ਹਾ ਤੋਂ ਸਾਨੂੰ ਛੱਤ 'ਤੇ ਬਹਿਣਾ ਪੈਂਦਾ। ਉਹ ਜਿਹੜਾ ਵੱਡਾ ਬਾਜਾ ਨਹੀਂ ਹੁੰਦਾ ਜਿਹਦੀ ਬੁੱਕਲ ਜੀ ਮਾਰੀ ਹੁੰਦੀ ਇੰਝ ਕਰਕੇ, ਹਾਂਜੀ, ਸਾਡੇ ਮੂੰਹ ਵਰਗਾ ਹੁੰਦਾ ਉਹ, ਤਮੀਜ਼ ਨਾਲ ਗੱਲ ਕਰਨੀ। ਉਹ ਅੱਗੋਂ ਇਹ ਤੁਹਾਡਾ ਮੂੰਹ ਵੱਡਾ ਜਾਂ ਮੈਂ ਨਜ਼ਦੀਕ ਬੈਠਾ ਤਾਂ ਲੱਗ ਰਿਹਾ? ਉਹ ਤੁਸੀਂ ਨਜ਼ਦੀਕ ਬੈਠੇ ਹੋ, ਪਿੱਛੇ ਹੋ ਕੇ ਬਹਿ ਜਾਓ, ਕੋਈ ਵੱਡਾ ਮੂੰਹ ਨਹੀਂ ਹੈਗਾ। ਵੱਡੇ ਬਾਜੇ ਦੀ ਵਜ੍ਹਾ ਤੋਂ ਛੱਤ 'ਤੇ ਬਹਿਣਾ ਪੈਂਦਾ ਸਾਨੂੰ। ਅੱਛਾ ਜੀ, ਹਾਂਜੀ, ਉਹ ਵਿੱਚ ਨਹੀਂ ਨਾ ਵੜਦਾ ਬੱਸ ਦੇ, ਕਿੱਦਾਂ ਵਾੜੀਏ ਹੁਣ, ਤੋੜ ਕੇ ਵਾੜ ਲਈਏ, ਐਡਾ ਮਹਿੰਗਾ ਬਾਜਾ ਸਾਡਾ। ਇੱਕ ਬੈਂਡ ਮਾਸਟਰ ਨੂੰ ਮੈਂ ਪੁੱਛਿਆ ਜੀ ਤੁਸੀਂ ਕਾਹਦੇ 'ਤੇ ਆਏ, ਉਹਨੇ ਕਿਹਾ ਜੀ ਮੈਂ ਬਾਈ ਏਅਰ ਆਇਆ। ਉਹ ਇਸੇ ਵਾਸਤੇ ਵੀ ਛੱਤ 'ਤੇ ਆਇਆ ਸੀ ਹਵਾ 'ਚ? ਉਹ ਇੱਕ ਬੰਦੇ ਬਸ ਸਾਨੂੰ ਮਖੌਲ ਵੀ ਤਾਂ ਬਹੁਤ ਕਰਦੇ ਆ ਨਾ। ਕਹਿੰਦੇ ਬੱਚੇ ਤੁਹਾਨੂੰ ਬਹੁਤ ਛੇੜਦੇ ਆ, ਉਹ ਕੀ ਕਹਿੰਦੇ ਆ ਤੁਹਾਨੂੰ? ਉੱਥੇ ਰੌਣਕ ਹੁੰਦੇ ਆ ਬਰਾਤ ਦੀ? ਬੱਚਿਆਂ ਨੇ ਕੀ ਕਹਿਣਾ, ਉਹ ਤਾਂ ਸਾਡੇ ਰਿਜ਼ਕ ਦੇ ਪਿੱਛੇ ਪੈ ਜਾਂਦੇ ਆ, ਸਾਰੇ ਪੈਸੇ ਤਾਂ ਉਹ ਚੱਕ ਕੇ ਲੈ ਜਾਂਦੇ ਆ। ਅੱਛਾ ਜੀ, ਹਾਂਜੀ, ਉਹ ਕਿਸ ਤਰ੍ਹਾਂ? ਅੱਜ ਜਦੋਂ ਸੁੱਟਦੇ ਨਹੀਂ ਉੱਤੋਂ ਇੰਝ ਕਰਕੇ ਬਰਾਤ ਦੇ ਵਿੱਚ ਪੈਸੇ, ਉਹ ਬੰਦਾ ਮੈਨੂੰ ਬਹੁਤ ਬੁਰਾ ਲੱਗਦਾ ਜਿਹੜਾ ਬਰਾਤ 'ਚ ਪੈਸੇ ਸੁੱਟਦਾ ਤਾਂ। ਅੱਛਾ, ਤਾਂ ਚੰਗਾ, ਅਸੀਂ ਕਾਹਦੇ ਲਈ ਆਏ ਹਾਂ? ਉਹ ਤਾਂ ਸਾਡੇ ਉੱਤੇ ਹੀ ਆ, ਮੇਰੀ ਟੋਪੀ ਕਿਤੇ ਹੁੰਦੀ, ਬਾਜਾ ਕਿਤੇ ਹੁੰਦਾ, ਪੈਸੇ ਜਦੋਂ ਉੱਤੇ ਸੁੱਟਦੇ ਆ। ਅੱਛਾ, ਬੱਚੇ ਦਾ ਬੱਚੇ, ਸਿਆਣੇ ਬਾਬੇ ਵੀ ਲੁੱਟਦੇ ਪੈਸੇ? ਅੱਛਾ ਜੀ, ਹਾਂਜੀ, ਰੀਜ਼ਨੇਬਲ ਬੰਦੇ ਵੀ ਪੈਸੇ ਲੁੱਟਦੇ ਵੇਖੇ ਮੈਂ ਵਿੱਚ। ਯਾਨੀ ਬਰਾਤ ਵਾਲੇ ਪੈਸੇ ਲੁੱਟਣ ਲੱਗ ਪਏ? ਹਾਂਜੀ, ਖੁਦ ਲੁੱਟਣ ਲੱਗ ਪੈਂਦੇ। ਅੱਛਾ, ਤੇ ਤੁਹਾਨੂੰ ਇੱਕ ਬੰਦਾ ਸੀ ਉਹ ਸੁੱਟ ਕੇ ਲੁੱਟਣ ਲੱਗ ਪਿਆ, ਮੈਂ ਕਿਹਾ ਕੀ ਹੋਇਆ? ਕਹਿੰਦਾ ਮੈਂ 50 ਸੁੱਟਣੇ ਸੀ, ਮੇਰੇ ਕੋਲ 100 ਡਿੱਗ ਪਿਆ। ਹਿਸਾਬ ਪਹਿਲੇ ਆਪਣਾ, ਉਹਨੇ ਆਪਣਾ ਹਿਸਾਬ ਰੱਖਿਆ ਹੋਇਆ, ਵਿੱਚ ਕਈ ਜਾਲੀ ਪੈਸੇ ਵੀ ਸਾਨੂੰ ਦੇ ਜਾਂਦੇ। ਮਸਾਬ ਇਹ ਦੱਸੋ ਕਿ, ਅੱਛਾ, ਅਬ ਜਾਵਾਂ ਉਹ ਯਾਰ, ਇਹ ਨਹੀਂ ਵਜਾਉਣਾ, ਮੈਂ ਤੁਹਾਨੂੰ ਬਾਹਰ ਕੱਢ ਦਿਆਂਗਾ।
ਮੈਨੂੰ ਉਹ ਨਹੀਂ ਵਾਜੇ ਨੂੰ ਵਾਜਾ ਆ ਜਾ ਮਤਲਬ ਬਿੱਲੀ ਆ ਬਾਹਰ ਕੱਢ ਦੇਣੀ ਆ ਵਾਜਾ ਕਿਹੜਾ ਭੌਂਕਣ ਦਿਆ ਵੀ ਇਹਨੂੰ ਬਾਹਰ ਕੱਢਣ ਦਿਆ ਅੱਛਾ ਮੈਂ ਇਹ ਪੁੱਛਣਾ ਚਾਹ ਰਿਹਾ ਮਾਸ ਸਾਹਿਬ ਕਿ ਅਮੂਮਨ ਮੈਂ ਵੇਖਿਆ ਕਿ ਵਾਜਾ ਵਜਾਉਣ ਵਾਲੇ ਦਾ ਸੱਜਾ ਜਾਂ ਖੱਬਾ ਪਹੁੰਚਾ ਹਮੇਸ਼ਾ ਪਾਟਿਆ ਹੁੰਦਾ ਪਜਾਮੇ ਦਾ ਇਹਦੀ ਕੀ ਵਜ੍ਹਾ ਉਹ ਸਾਨੂੰ ਕਿਹੜਾ ਬਰਾਤ 'ਚ ਕੁੱਤੇ ਪੈ ਜਾਂਦੇ ਆ ਅਕਸਰ ਕੰਮ ਇਹ ਹੁੰਦਾ ਨਾ ਵੀ ਇੱਕ ਬਰਾਤ ਤੋਂ ਦੂਜੀ ਅਤੇ ਤੀਜੀ ਅਤੇ ਉਹ ਤਾਂ ਕਿਤੇ ਪਾਟ ਗਿਆ ਹੋਣਾ ਮੈਂ ਚਿੰਗਚੀ ਦੀ ਕਿੱਕ ਮਾਰਨਾ ਨਾ ਉਹ 'ਚ ਫਸ ਜਾਂਦਾ ਪੈ ਯਾਨੀ ਭੱਜ ਦੌੜ 'ਚ ਭੱਜ ਦੌੜ 'ਚ ਫੜਦਾ ਤੁਹਾਨੂੰ ਰੋਟੀ ਦਾ ਵੈਰੀ ਕਿਉਂ ਕਹਿੰਦੇ ਨੇ ਇਹ ਜ਼ਰਾ ਪਲੀਜ਼ ਮਤਲਬ ਬੁਰਾ ਨਹੀਂ ਮਨਾਉਣਾ ਮਤਲਬ ਇੱਕ ਮੁਆਸ਼ਰੇ ਦੀ ਗੱਲ ਹੈ ਕਿਉਂਕਿ ਮੁਆਸ਼ਰੇ ਦੀ ਗੱਲ ਹੋ ਰਹੀ ਹੈ ਤੁਸੀਂ ਮੁਆਸ਼ਰੇ ਦਾ ਕਿਰਦਾਰ ਗਲਤ ਗੱਲ ਕੀਤੀ ਹੈ ਰੋਟੀ ਦਾ ਵੈਰੀ ਕੋਈ ਨਹੀਂ ਕਹਿੰਦਾ ਸਾਨੂੰ ਕਹਿੰਦੇ ਚੌਲਾਂ ਦੇ ਵੈਰੀ ਚੌਲਾਂ ਦੇ ਵੈਰੀ ਕਹਿ ਲਓ ਅਤੇ ਡੋਂਟ ਵੈਰੀ ਡੋਂਟ ਵੈਰੀ ਚੌਲ ਕਿਹੜਾ ਨਹੀਂ ਖਾਂਦਾ ਅੱਛਾ ਹਰ ਬੰਦਾ ਚੌਲ ਖਾਂਦਾ ਨਹੀਂ ਵੈਰੀ ਵੈਰੀ ਕਹਿੰਦੇ ਨੇ ਬੇਸਿਕਲੀ ਦੁਸ਼ਮਣ ਨੂੰ ਵੈਰੀ ਮਤਲਬ ਅਸੀਂ ਕਿਹੜਾ ਕੋਈ ਗਨ ਪੁਆਇੰਟ 'ਤੇ ਚੌਲ ਖਾਂਦੇ ਹਾਂ ਚਮਚੇ ਨਾਲ ਹੀ ਖਾਈਦੇ ਆ ਬਲਕਿ ਅਸੀਂ ਤਾਂ ਹੱਥਾਂ ਨਾਲ ਵੀ ਖਾ ਲਈਦੇ ਆ ਪਹਿਲੇ ਦੌਰ 'ਚ ਹੁੰਦਾ ਸੀ ਬਾਜੇ ਵਾਲੇ ਦੀ ਇੰਨੀ ਕਦਰ ਸੀ ਨਾ ਅੱਛਾ ਜੀ ਯਕੀਨ ਕਰੋ ਬਰਾਤ ਦੇ ਨਾਲ ਲੈ ਕੇ ਜਾਣਾ ਠੀਕ ਹੈ ਉਹਨਾਂ ਨੂੰ ਲਹਿਦਾ ਕਮਰਾ ਦੇਣਾ ਠੀਕ ਹੈ ਦੋ ਦੋ ਦਿਨ ਬਰਾਤਾਂ ਰਹਿੰਦੀਆਂ ਹੁੰਦੀਆਂ ਸੀ ਉਹਨਾਂ ਤੋਂ ਓਕੇ ਉੱਥੇ ਚੌਲ ਵੀ ਦੇਣੇ ਸਾਨੂੰ ਕੱਚਾ ਰਾਸ਼ਨ ਵੀ ਦੇ ਦੇਣਾ ਵੀ ਆਪ ਹੀ ਪਕਾਓ ਤਾਂ ਖਾਓ ਹੁਣ ਤਾਂ ਬਾਜੇ ਵਾਲੇ ਵਿਚਾਰੇ ਹਜੇ ਜਾਂਦੇ ਨਹੀਂ ਇੱਕ ਮਿੰਟ ਪਜਾਏ ਕਹਿੰਦੇ ਚਲੋ 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 ਬਸ 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 10 ਵਜੇ ਸ਼ਾਦੀ ਹਾਲ ਬੰਦ ਹੋ ਜਾਂਦੀ ਇੱਕ ਤਾਂ ਬੁਰਾ ਬੰਦਾ ਤੁਹਾਨੂੰ ਲੱਗਦਾ ਨਾ ਜਿਹੜਾ ਪੈਸੇ ਉੱਤੇ ਨੂੰ ਸੁੱਟਦਾ ਹਾਂਜੀ ਹਾਂਜੀ ਤੁਸੀਂ ਮੈਨੂੰ ਦੱਸ ਰਹੇ ਸੀ ਅੱਗੇ ਇੰਟਰਵਿਊ ਤੋਂ ਪਹਿਲੇ ਵੀ ਇੱਕ ਹੋਰ ਬੰਦਾ ਜਿਹੜਾ ਤੁਹਾਨੂੰ ਬਹੁਤ ਬੁਰਾ ਲੱਗਦਾ ਬਰਾਤ 'ਚ ਉਹ ਕੌਣ ਉਹ ਬੰਦਾ ਬੁਰਾ ਲੱਗਦਾ ਜਿਹੜਾ ਕਹਿੰਦਾ ਨਹੀਂ ਟੁਰੇ ਚੱਲੋ ਇੱਦਾਂ ਕਿਹੜਾ ਵੀ ਟੁਰੇ ਚੱਲੋ ਕੋਈ ਪਿੱਛੇ ਪੁਲਿਸ ਪੈ ਗਈ ਹੈ ਪਹਿਲੇ ਬਰਾਤ ਹੁੰਦੀ ਸੀ ਮੇਰੇ ਦਾਦਾ ਦੱਸਦਾ ਕਿ ਆਪਣਾ ਮਾਸਟਰ ਅਬਦੁੱਲਾ ਦਾ ਉਹਨੇ ਗਾਣਾ ਵਜਾਇਆ ਪੱਤਣ ਚੜ੍ਹਾ ਦੇ ਠੀਕ ਹੈ ਜੰਗਲ ਵੇਲੇ ਉਹ ਹੋਏ ਹੋਏ 5 ਮਿੰਟ ਦਾ ਰਸਤਾ ਸੀ ਬਰਾਤ ਦਾ ਘਰ ਤੋਂ ਮਤਲਬ ਢੁੱਕਣਾ ਜਿੱਥੇ ਅੱਛਾ ਜੀ 6 ਘੰਟੇ 'ਚ ਹੋਇਆ ਕੀ ਗੱਲ ਬਾਜਾ ਸੁਣਿਆ ਲੋਕਾਂ ਨੇ ਖਲੋ ਗਈਆਂ ਕੰਧਾਂ 'ਤੇ ਬੁੜੀਆਂ ਚੜ੍ਹ ਗਈਆਂ ਬੱਚੇ ਚੜ੍ਹ ਗਏ ਬੰਦੇ ਰੋਂਦੇ ਰਹੇ ਧਾੜਾਂ ਮਾਰ ਮਾਰ ਇਹੀ ਗਾਣਾ ਚੱਲਿਆ ਪੱਤਣ ਚੜ੍ਹਾ ਦੇ ਅੱਛਾ ਜੀ ਜੰਗਲ ਵੇਲੇ ਮਾਸਟਰ ਅਬਦੁੱਲਾ ਦੀ ਮੱਝੀਆਂ ਦੇਣ ਦੁਹਾਈਆਂ ਉਹ ਵੱਡਾ ਤੁਹਾਡਾ ਵਾਕਈ ਜਾਂ ਉਹ ਭਾਈ ਜੀ ਤੁਸੀਂ ਮੇਰੇ ਮੂੰਹ ਨੂੰ ਇੰਟਰਵਿਊ ਦੇਣ ਆਏ ਹੋ ਕਿ ਕੀ ਕਰਨ ਆਏ ਹੋ ਤੁਸੀਂ ਸਾਡੇ ਥੋੜ੍ਹਾ ਜਿਹਾ ਪਿੱਛੇ ਰਹੋ ਭਾਈ ਥੋੜ੍ਹਾ ਜਿਹਾ ਪਿੱਛੇ ਰਹੋ ਮੇਰੇ ਮੂੰਹ ਨੂੰ ਪਿੱਛੇ ਰਹੋ ਥੋੜ੍ਹਾ ਮੂੰਹ ਟੁਰ ਪੈਂਦਾ ਤੁਹਾਡਾ ਪਿੱਛੇ ਕੱਲ੍ਹ ਨਹੀਂ ਥੱਲੇ ਆ ਜਾਓ ਇਹ ਗੱਲ ਸੁਣੋ ਮੇਰੀ ਮਾਸਟਰ ਸਾਹਿਬ ਤੁਸੀਂ ਉਹ ਮਾਸਟਰ ਮੈਂ ਕਰ ਰਿਹਾ ਤੁਹਾਡਾ ਇਤਰਾਮ ਉਹ ਮਾਸਟਰ ਨਹੀਂ ਅਸੀਂ ਬੈਂਡ ਵਾਲੇ ਹਾਂ ਮਾਸਟਰ ਤਾਂ ਹੋਰ ਹੁੰਦੇ ਆ ਪੜ੍ਹਾਉਣ ਵਾਲੇ ਮਾਸਟਰ ਹੁੰਦੇ ਆ ਮਾਸਟਰ ਸਾਡੇ 'ਚ ਕਹਿੰਦੇ ਕਲਾਂਟ ਵਾਲੇ ਨੂੰ ਬਲਕਿ ਬਾਹੂ ਕਹਿੰਦੇ ਅਸੀਂ ਉਹਨੂੰ ਅੱਛਾ ਜੀ ਹਾਂਜੀ ਅੱਛਾ ਕੁੱਲ ਕਿੰਨੇ ਅਫਰਾਦ ਹੁੰਦੇ ਆ ਤੁਹਾਡੇ ਆ ਜਿਹੜੇ ਇਹ ਤਾਂ ਬਰਾਤ 'ਤੇ ਹੀ ਆ ਨਾ ਜੀ ਅਗਲੇ ਨੇ ਜੋ ਪੈਸੇ ਦੇਣੇ ਉਹਦੇ ਹਿਸਾਬ ਨਾਲ ਬੰਦੇ ਲੈ ਕੇ ਜਾਣੇ ਆ ਵੀ ਜਿੱਥੋਂ ਸੋਣਾ ਹੀ ਸਾਨੂੰ 250 ਤੋਂ ਉੱਥੋਂ ਅਸੀਂ 20 ਬੰਦੇ ਲੈ ਜਾਈਏ ਸਾਡੇ ਪੱਲੇ ਕੀ ਆਉਣਾ ਗੱਲ ਆ ਇਹ ਵੀ ਠੀਕ ਹੈ ਅੱਛਾ ਇਹ ਦੱਸੋ ਮਾਸਟਰ ਸਾਹਿਬ ਮੈਨੂੰ ਹਾਂਜੀ ਵੀ ਜਦੋਂ ਤੁਸੀਂ ਵਜਾ ਰਹੇ ਹੁੰਦੇ ਹੋ ਵਾਜਾ ਜੀ ਜੀ ਅਤੇ ਕੋਈ ਬੱਚਾ ਇਮਲੀ ਖਾਂਦਾ ਹੋਇਆ ਜਾਂ ਅੰਬੀ ਖਾਂਦਾ ਹੋਇਆ ਤੁਹਾਡੇ ਆਹਮਣੇ ਸਾਹਮਣੇ ਆ ਜੇ ਅਤੇ ਉਹਦੇ ਮਗਰ ਕਿਉਂ ਚੜ ਜਾਂਦੇ ਤੁਸੀਂ ਵਾਜਾ ਛੱਡ ਕੇ ਉਹਦੇ ਮਗਰ ਚੜ ਜਾਂਦੇ ਉਹਦੀ ਕੀ ਵਜ੍ਹਾ ਹੈ ਅਸਲ ਦੇ ਵਿੱਚ ਗੱਲ ਪਤਾ ਕਿ ਉਹ ਖਟਾਈ ਹੁੰਦੀ ਹੈ ਅੱਛਾ ਜੀ ਖਟਾਈ ਜਦੋਂ ਬੰਦਾ ਖਾਂਦਾ ਹੋਵੇ ਨਾ ਮੂੰਹ 'ਚ ਸਾਡੇ ਵੀ ਪਾਣੀ ਆ ਜਾਂਦਾ ਮੈਨੂੰ ਤਾਂ ਪਤਾ ਲੱਗਾ ਪੈਸੇ ਵੇਖ ਕੇ ਤੁਹਾਡੇ ਮੂੰਹ 'ਚ ਪਾਣੀ ਆਉਂਦਾ ਸਾਨੂੰ ਤਾਂ ਕੋਈ 2 ਲੱਖ ਵੀ ਦੇ ਦੇਵੇ ਨਾ ਅਸੀਂ ਕਹਿੰਦੇ ਜੀ 1.25 ਲੱਖ ਆ ਉਹ ਕਹਿੰਦਾ ਗਿਣ ਤਾਂ ਸਹੀ 2 ਲੱਖ ਆ ਅੱਛਾ ਤੁਹਾਨੂੰ ਕੋਈ ਬਰਾਤ ਦੇ ਵਿੱਚ ਉਹ ਜਿਹੜੇ ਫੈਰਿੰਗ ਕਰਦੇ ਨਾ ਬਰਾਤ 'ਚ ਬਹੁਤ ਬੁਰੇ ਲੱਗਦੇ ਬੁਰੀ ਗੱਲ ਹੈ ਮੇਰੇ ਤਾਏ ਦੀ ਲੱਤ 'ਚ ਵੱਜੀ ਸੀ ਗੋਲੀ ਅੱਜ ਤੱਕਰ ਵਿਚਾਰਾ 1 ਲੱਤ 'ਤੇ ਬਾਜਾ ਵਜਾ ਰਿਹਾ ਉਹਨੂੰ ਤਾਂ ਪੈਸੇ ਜ਼ਿਆਦਾ ਦਿੰਦੇ ਹੁਣ ਲੋਕ ਵੀ ਅਪਾਹਜ ਵੀ ਹਾਂ ਉਹਨੂੰ ਉੱਤੋਂ ਵੀ ਦੇ ਦਿੰਦੇ ਆ ਕੁਛ ਮਦਦ ਅਮਦਾਦ ਵੀ ਹਾਂਜੀ 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 ਮਦਦ ਅਤੇ ਲੇਕਿਨ ਜਦੋਂ ਲੰਗੜਾ ਕੇ ਟੁਰ ਕੇ ਵਾਜਾ ਵਜਾਉਂਦੇ ਸੁਰ ਅੱਗੇ ਪਿੱਛੇ ਨਹੀਂ ਹੋ ਜਾਂਦਾ ਉਹ ਨਹੀਂ ਗਲੀਆਂ ਹੀ ਮਤਲਬ ਅੱਗੇ ਪਿੱਛੇ ਆ ਉਹਦਾ ਸੁਰ ਕੀ ਅੱਗੇ ਪਿੱਛੇ ਹੋਣਾ ਅਸੀਂ ਇੰਝ ਕਰਨ ਨਾਲ ਕੋਈ ਥੋੜ੍ਹਾ ਬਹੁਤ ਉਹ ਅਸੀਂ ਕਿਹੜਾ ਸੰਗੇ ਮਰਮਰ 'ਤੇ ਵਜਾਉਂਦੇ ਜਿਹੜੀਆਂ ਗਲੀਆਂ 'ਚ ਅਸੀਂ ਵਾਜਾ ਵਜਾਉਂਦੇ ਹਾਂ ਉਹ ਤਾਂ ਵੈਸੇ ਹੀ ਸੱਜਾ ਪੈ ਸਾਡਾ ਅਕਸਰ ਨਾਲ 'ਚ ਡਿੱਗੀ ਪੈਂਦਾ ਔਰ ਜਿੱਥੇ ਮੱਝ ਬੰਨੀ ਹੋਵੇ ਉੱਥੇ ਅਸੀਂ ਵਾਜਾ ਨਹੀਂ ਵਜਾ ਸਕਦੇ ਉਹਦੀ ਕੀ ਵਜ੍ਹਾ ਮੱਝ ਭੂਤਰ ਜਾਂਦੀ ਹੈ ਤੁਹਾਡੇ ਵਾਜੇ ਤੋਂ ਹਾਂਜੀ ਨਹੀਂ ਵਾਜੇ ਤੋਂ ਨਹੀਂ ਉਹ ਵਰਦੀਆਂ ਪਾਈਆਂ ਹੋਈਆਂ ਜਾਂ ਸਾਡੇ ਤੋਂ ਭੂਤਰ ਦੀ ਇਹ ਸਮਝ ਨਹੀਂ ਲੱਗੀ ਅੱਜ ਤੱਕ ਨਹੀਂ ਸਮਝ ਲੱਗੀ ਵੀ ਕਿਉਂ ਭੂਤਰ ਦੀ ਮੱਝ ਮਾਸ ਸਾਹਿਬ ਇਹ ਜਾਨਵਰ ਤੁਹਾਨੂੰ ਵੇਖ ਕੇ ਹੁਣੇ ਤੁਸੀਂ ਦੱਸਿਆ ਵੀ ਸਾਨੂੰ ਕੁੱਤੇ ਪੈ ਜਾਂਦੇ ਹੁਣੇ ਮੱਝ ਭੂਤਰ ਜਾਂਦੀ ਹੈ ਜਾਨਵਰਾਂ ਦੀ ਕੀ ਦੁਸ਼ਮਣੀ ਚਲੋ ਚੌਲਾਂ ਨਾਲ ਤਾਂ ਤੁਹਾਡੀ ਦੁਸ਼ਮਣੀ ਹੈ ਉਹ ਨਹੀਂ ਯਾਰ ਡਰਦੀ ਨਾ ਵੱਡੇ ਬਾਜੇ ਕੋਲ ਡਰਦੀ ਆ ਅੱਛਾ ਉਹ ਜਿਹੜਾ ਇੰਝ ਕਰਕੇ ਨਹੀਂ ਹੁੰਦਾ ਇੰਝ ਤੁਹਾਡੇ ਮੂੰਹ ਵਰਗਾ ਯਾਰ ਮੇਰੇ ਮੂੰਹ ਵਰਗਾ ਕੀ ਤੁਸੀਂ ਮੇਰਾ ਮੂੰਹ ਫੜ ਲਿਆ ਤੁਸੀਂ ਛੱਡ ਦਿਓ ਇਸ ਗੱਲ ਨੂੰ ਲੇਕਿਨ ਨਾ ਸਾਡੇ ਵੱਡਿਆਂ ਨੇ ਬਹੁਤ ਬਸ਼ੀਰਾ ਫਿਲਮ ਦੇਖੀ ਆ ਕੰਡਾ ਡੋਲੀ ਨੂੰ ਦੇ ਜਾਈ ਵੀਰ ਬੇ ਉਹਦੇ 'ਚ ਜਿਹੜਾ ਬਾਜਾ ਵੱਜਿਆ ਟੈਨ ਡੈਨ ਡੈਨ ਡੈ ਡੈ ਡੈਨ ਟੈਨ ਡੈਨ ਡੈਨ ਡੈ ਡੈ ਡੈਨ ਉਹ ਮੇਰੇ ਮਾਮੂ ਨੇ ਵਜਾਇਆ ਅੱਛਾ ਜੀ ਹਾਂਜੀ ਅੱਛਾ ਇਹ ਦੱਸੋ ਕਿ ਕਈ ਵਾਰੀ ਇੰਝ ਹੋਇਆ ਕਿਤੇ ਵੀ ਤੁਸੀਂ ਤੁਹਾਨੂੰ ਬੁਲਾ ਲਿਆ ਅਤੇ ਅੱਗੋਂ ਉਹਨਾਂ ਦੀ ਫੌਤਗੀ ਹੋ ਗਈ ਅਤੇ ਤੁਸੀਂ ਪੈਸਿਆਂ ਲਈ ਅੜ ਗਏ ਵੀ ਭਾਈ ਜੀ ਨਹੀਂ ਨਹੀਂ ਸਾਨੂੰ ਤਾਂ ਪੈਸੇ ਦਿਓ ਹੋ ਜਾਂਦਾ ਦੱਸੋ ਇੱਦਾਂ ਹੋ ਜਾਂਦਾ ਅਕਸਰ ਹੋ ਜਾਂਦਾ ਅਤੇ ਫਿਰ ਤੁਸੀਂ ਕਿੰਝ ਪੈਸੇ ਮੰਗਦੇ ਮਤਲਬ ਅਸੀਂ ਅਚਾਨਕ ਪਹੁੰਚੇ ਹਾਂ ਬਰਾਤ ਵੀ ਪਹੁੰਚ
ਪਾਣੀ 'ਚ ਖਲੋ ਕੇ ਵਾਜਾ ਵਜਾਉਣਾ ਪੈ ਜਾਵੇ ਤਾਂ ਉਹਦੀ ਪੇਮੈਂਟ ਅਲੈਦਾ ਲਵੋਗੇ ਤੁਸੀਂ? ਇਹ ਅਮੂਮਨ ਗਲੀਆਂ 'ਚ ਪਾਣੀ ਖਲੋ ਜਾਂਦਾ। ਇੱਕ ਵਾਰੀ ਅਸੀਂ ਬਰਾਤ ਵਜਾਉਣ ਗਏ ਹਾਂ ਮੁਗਲਪੁਰੇ। ਅੱਛਾ ਜੀ। ਬੜਾ ਪੁਰਾਣਾ ਵਾਕਿਆ, ਹੁਣ ਤਾਂ ਨਵਾਂ ਪੁਲ ਬਣ ਗਿਆ, ਕੋਈ ਪੁਰਾਣਾ ਪੁਲ ਬਣ ਗਿਆ, ਲਾਲ ਪੁਲ ਬਣ ਗਿਆ, ਕੋਈ ਹਰਾ ਪੁਲ ਬਣ ਗਿਆ। ਠੀਕ ਹੈ ਜੀ। ਉਦੋਂ ਵਿੱਚ ਪੁਲ ਹੁੰਦੇ ਹੀ ਨਹੀਂ ਸੀ, ਇੱਕ ਪੁਲ ਹੁੰਦਾ ਸੀ। ਸਾਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ ਤਾਂ ਖਰੇ ਮਾਹੀ ਕਿੱਥੇ ਰਹਿ ਗਿਆ, ਉਹ ਪੁਲ ਸੀ। ਅੱਛਾ। ਤਾਂ ਅਸੀਂ ਬਰਾਤ ਇੱਧਰ ਆਉਣੀ ਸੀ, ਅਸੀਂ ਪਰਲੀ ਸਾਈਡ 'ਤੇ ਚਲੇ ਗਏ। ਉਹ ਬਾਅਦ 'ਚ ਪਤਾ ਲੱਗਾ ਬਰਾਤ ਤਾਂ ਪਰੇ ਆਉਣੀ, ਉਹ ਪਾਣੀ ਦੇ ਵਿੱਚੋਂ ਦੀ ਨਹਿਰ 'ਚੋਂ ਲੰਘ ਕੇ ਤਾਂ ਅਸੀਂ ਬਾਜਾ ਵਜਾਇਆ ਉੱਥੇ। ਪੇਮੈਂਟ ਲੈਦਾ ਨਹੀਂ ਤੁਸੀਂ ਕਿ ਮਤਲਬ ਤੈਰਾਕੀ ਵਾਲੀ ਬਰਾਤ? ਉਹ ਨਹੀਂ, ਉਹਦੀ ਪੇਮੈਂਟ ਕਾਹਦੀ ਆ, ਉਹ ਸਾਰੇ ਰੋਟੀ ਖਾਂਦੇ, ਅਸੀਂ ਵਰਦੀਆਂ ਸੁਕਾਉਂਦਾ ਹੈ ਵਿੱਚ। ਇੱਕ ਦੋ ਬਾਬਿਆਂ ਨੂੰ ਸਾਨੂੰ ਨਮੂਨੀਆ ਵੀ ਹੋ ਗਿਆ, ਠੰਡ ਵੀ ਬਹੁਤ ਲੱਗਦੀ ਹੈ ਨਾ, ਸਾਨੂੰ ਪਤਾ। ਅੱਛਾ ਵਜਾਵਾਂ ਹੁਣ ਮੈਂ? ਯਾਰ ਇਹ ਨਹੀਂ ਵਜਾਉਣਾ। ਇਹ ਕਿੱਥੇ ਵਜਾਉਣਾ ਮੈਨੂੰ ਉਹ ਜਗ੍ਹਾ ਦੱਸ ਦੇ ਫਿਰ। ਅਸੀਂ ਕਿਤੇ ਐਗਰੀਮੈਂਟ 'ਚ ਲਿਖਿਆ ਸੀ ਕਿ ਤੁਸੀਂ ਵਾਜਾ ਵਜਾਉਣਾ? ਨਹੀਂ ਤਾਂ ਫਿਰ ਮੈਨੂੰ ਦੱਸਦਾ ਤਾਂ ਸਹੀ, ਮੈਂ ਬਾਹਰ ਕੱਢ ਦਿਆਂਗਾ। ਕਿਹਨੂੰ? ਉਹ ਇਹ ਵਾਜੇ ਨੂੰ। ਵਾਜੇ ਨੂੰ ਕਾਹਦੇ ਲਈ ਵਾਜਾ ਕਿਹੜਾ, ਤੈਨੂੰ ਗਾਲਾਂ ਕੱਢਣ ਦੇ ਆ ਬਾਹਰ ਕੱਢ। ਉਹ ਇੱਥੇ ਤਹੱਮਲ ਨਾਲ ਬੈਠੋ, ਇਹਤਰਾਮ ਨਾਲ ਬੈਠੋ ਔਰ ਇਹਤਰਾਮ ਨਾਲ ਗੱਲ ਕਰੋ। ਇਹਤਰਾਮ ਹੀ ਆ ਜੀ, ਅਸੀਂ ਤਾਂ ਹਮੇਸ਼ਾ ਇਹਤਰਾਮ ਹੀ ਕੀਤਾ ਸਭ ਦਾ। ਅੱਛਾ, ਮੈਨੂੰ ਲੱਗ ਰਿਹਾ ਕਿ ਤੁਹਾਡਾ ਮੂੰਹ ਵੱਡਾ ਹੈ। ਉਹ ਯਾਰ, ਤੁਹਾਡਾ ਵਹਿਮ ਵੀ ਹੋ ਸਕਦਾ, ਤੁਹਾਨੂੰ ਤਾਂ ਇਹ ਵੀ ਲੱਗਦਾ ਹੁੰਦਾ ਕਿ ਇਹ ਬੰਦਾ ਬਹੁਤ ਪੈਸੇ ਸੁੱਟੇਗਾ, ਤੂੰ ਆਨਾ ਇੱਕ ਨਹੀਂ ਦਿੰਦਾ ਤੁਹਾਨੂੰ। ਨਹੀਂ ਜਾਂ ਤੀਸਰੇ ਬੰਦੇ ਕਿਸੇ ਨੂੰ ਪੁੱਛ ਲਾਂਗੇ ਵੀ ਮੂੰਹ ਦਾ ਕੋਈ ਰੌਲਾ ਹੈ। ਚਲੋ ਪ੍ਰੋਗਰਾਮ ਮੁੱਕਦਾ ਫਿਰ ਪੁੱਛ ਲੈਂਦੇ ਹਾਂ। ਅੱਛਾ ਜੀ। ਅਤੇ ਇਹ ਦੱਸੋ ਮਾਸਟਰ ਸਾਹਿਬ, ਕਦੀ ਰੌਣਕ ਹੁੰਦੇ ਸੀ ਤੁਸੀਂ ਬਰਾਤਾਂ ਦੀ? ਹੁਣ ਵੀ ਸ਼ਹਿਰਾਂ ਦੀ, ਮੁਹੱਲਿਆਂ ਦੀ, ਗਲੀਆਂ ਦੀ? ਹਾਂਜੀ। ਲੋਕਾਂ ਨੇ ਵੇਖਣਾ ਕਿ ਯਾਰ ਇੱਧਰੋਂ ਆ ਰਹੇ ਨੇ, ਬਾ ਵਰਦੀ ਇੱਕ। ਉਹ ਮੈਂ ਕਹਿੰਦਾ ਵੀ ਸਾਸੀ ਨਹੀਂ ਪਹੁੰਚਦੇ ਤਾਂ ਬਰਾਤਾਂ ਢੁੱਕਦੀਆਂ ਹੀ ਨਹੀਂ ਸੀ, ਬਲਕਿ ਕਈ ਰਿਸ਼ਤੇ ਤਾਂ ਸਾਨੂੰ ਵਿੱਚ ਪਾਉਂਦੇ ਸੀ ਅਗਲੇ ਕਰਾਉਣ ਲਈ। ਦੂਸਰੇ ਸ਼ਹਿਰਾਂ ਜਦੋਂ ਜਾਂਦੀ ਸੀ ਬਰਾਤ, ਉੱਥੇ ਦੋ ਦੋ ਤਿੰਨ ਤਿੰਨ ਦਿਨ ਰਹਿਣਾ ਤੇ ਤੁਸੀਂ ਨਾਲ ਰਹਿੰਦੇ? ਸਾਨੂੰ ਨਾਲ ਲੈ ਕੇ ਜਾਂਦੇ ਸੀਗੇ ਤੇ ਉੱਥੇ ਹੀ ਰਹਿਣਾ? ਉੱਥੇ ਹੀ ਰਹਿਣਾ, ਪਤਾ ਹੁੰਦਾ ਸੀਗਾ ਵੀ ਇਹ ਬੈਂਡ ਵਾਲੇ ਵੀ ਆਏ, ਇਹਨਾਂ ਦੀ ਵੀ ਖਿਦਮਤ ਕਰਨੀ ਹੈ ਨਾਲ। ਯਾਨੀ ਤੁਹਾਡਾ ਉਦੋਂ ਇਹਤਰਾਮ ਸੀ? ਹੁਣ ਵੀ ਇਹਤਰਾਮ ਆ, ਹੁਣ ਵੀ ਕੋਈ ਐਡਾ ਰੌਲਾ ਨਹੀਂ, ਲੇਕਿਨ ਮੈਂ ਇਹ ਚਾਹੁੰਦਾ ਕਿ ਮੈਂ ਆਪਣੇ ਬੱਚਿਆਂ ਨੂੰ ਇਸ ਕੰਮ 'ਚ ਪਾਉਣਾ ਨਹੀਂ, ਮੈਂ ਪੜ੍ਹਾਉਣਾ ਲਿਖਾਉਣਾ ਚਾਹੁੰਦਾ ਵਾਂ। ਅੱਛਾ। ਅਸੀਂ ਨਹੀਂ ਪੜ੍ਹੇ, ਲੇਕਿਨ ਸਾਡੇ ਕੋਲ ਇਹ ਕੰਮ ਹੈ ਸੀ। ਠੀਕ। ਲੇਕਿਨ ਹੁਣ ਜਿੰਨੀ ਮਹਿੰਗਾਈ ਆ, ਇਸ ਕੰਮ 'ਚ ਪੂਰਾ ਨਹੀਂ ਹੁੰਦਾ। ਠੀਕ ਹੈ। ਤਾਂ ਮੈਂ ਚਾਹੁੰਦਾ ਬੱਚੇ ਮੇਰੇ ਪੜ੍ਹ ਲਿਖ ਜਾਣ ਤਾਂ ਉਹ ਵੀ ਕਿਤੇ ਨੌਕਰੀਆਂ 'ਤੇ ਲੱਗ ਜਾਣ। ਅੱਛਾ, ਇਹ ਦੱਸੋ ਕਿ ਇਹ ਜਿਹੜਾ ਪੈਪ ਬੈਂਡ ਆ ਉਹ ਮਸ਼ਕ ਜੀ ਚੁੱਕੀ ਹੁੰਦੀ ਹੈ? ਉਹ ਨਹੀਂ ਜੀ, ਉਹ ਕਿਹੜਾ ਬੈਂਡ ਆ, ਉਹ ਤਾਂ ਐਵੇਂ ਹੀ ਆ, ਨਾਂ ਦਾ ਹੀ ਆ। ਉਹਦੇ ਨਾਲ ਕੋਈ ਤੁਹਾਡੇ ਕੰਮ 'ਚ ਫਰਕ ਪਿਆ? ਨਹੀਂ, ਪਿਆ ਤਾਂ ਬਹੁਤ ਹੈ। ਉਹ ਤਾਂ ਸਿੱਧਾ ਹੀ ਵਜਾਉਂਦੇ, ਡਾਂ 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 ਡਾਂ
ਉਹ ਐਵੇਂ ਪਿੱਛੇ ਸੁੱਟਿਆ ਹੁੰਦਾ ਨੇ, ਬੱਕਰੀ ਮਾਰ ਕੇ ਸੁੱਟੀ ਹੈ। ਉਹ ਬੈਂਡ ਤਾਂ ਇਹ ਆ ਦੁਨੀਆ ਪਿੱਤਲ ਦੀ। ਅੱਛਾ ਵਜਾਵਾਂ ਮੈਂ? ਉਹ ਯਾਰ ਇੱਥੇ ਨਹੀਂ ਵਜਾਉਣਾ ਮਾਸਟਰ ਸਾਹਿਬ, ਤੁਹਾਨੂੰ ਮੈਂ ਚੌਕੀਦਾਰ ਨੂੰ ਬੁਲਾ ਕੇ ਮੈਂ ਬਾਹਰ ਕੱਢ ਦੇਣਾ। ਕਿਹਨੂੰ? ਆਹ ਵਾਜੇ ਨੂੰ। ਵੀ ਚੌਕੀਦਾਰ ਨੂੰ ਜ਼ਰੂਰ ਕਹਿਣਾ, ਜਦੋਂ ਮੈਂ ਜਾਣਾ ਤੇ ਇਹਨੇ ਨਾਲ ਹੀ ਚਲੇ ਜਾਣਾ ਮੇਰੇ। ਮੈਂ ਪਹਿਲੇ ਵੀ ਦੱਸਿਆ ਕਿ ਤੁਸੀਂ ਰੌਣਕ ਸੀ ਇਸ ਮੁਆਸ਼ਰੇ ਦੀ। ਹਾਂਜੀ ਹਾਂਜੀ। ਆਹਿਸਤਾ ਇਹ ਕੰਮ ਤੁਹਾਡਾ ਮੱਧਮ ਹੋ ਗਿਆ। ਮੱਧਮ ਹੋ ਗਿਆ। ਆਹਿਸਤਾ ਆਹਿਸਤਾ ਲੋਕਾਂ ਨੇ ਤੁਹਾਨੂੰ ਆਰਡਰ ਦੇ ਉੱਤੇ ਬੁਲਾਉਣਾ ਛੱਡ ਦਿੱਤਾ। ਹਾਂਜੀ। ਘੱਟ ਗਏ? ਨਹੀਂ, ਪੈਸਾ ਤਾਂ ਹੁਣ ਵੀ ਲੈ ਲਈਦੇ ਆ। ਅੱਛਾ ਜੀ। ਮਤਲਬ 5000 ਤੋਂ ਸ਼ੁਰੂ ਕਰੀਦਾ ਅਸੀਂ। ਠੀਕ ਹੈ। ਬਾਰਗੇਨਿੰਗ ਕਰੀਦੀ ਹੈ ਦੁਕਾਨ 'ਤੇ ਜਿਹੜਾ ਕੋ ਆਵੇ ਕੰਮ ਬੁੱਕ ਕਰਾਉਣ। ਠੀਕ ਹੈ। ਕਾਪੀ ਹੁੰਦੀ ਰਜਿਸਟਰ, ਜਿੱਦਾਂ ਤੁਸੀਂ ਨਹੀਂ ਰੱਖਿਆ, ਸਾਡੇ ਕੋਲ ਵੀ ਹੁੰਦਾ। ਠੀਕ ਹੈ। ਇੱਕ ਬਜ਼ੁਰਗ ਭਾਇਆ ਹੁੰਦਾ, ਅਸੀਂ ਜਦੋਂ ਕੋਈ ਤੁਰਿਆ ਫਿਰਿਆ ਨਹੀਂ ਜਾਂਦਾ ਉਹਨੂੰ ਦੁਕਾਨ 'ਤੇ ਪਾ ਦੇਈਦਾ, ਵੀ ਇੱਥੇ ਬੈਠੋ ਆਪਾ ਜੀ, ਕੋ ਆ ਹੀ ਜਾਂਦਾ ਬਰਾਤ ਬੁੱਕ ਕਰਾਉਣ। ਉਹ ਫਿਰ ਟਾਈਮ ਲਿਖ ਲਈਦਾ ਉਹਦੇ ਵਿੱਚ, ਉਹਦਾ ਮਹੱਲਾ ਲਿਖ ਲਈਦਾ, ਗਲੀ ਨੰਬਰ ਜਿੱਥੇ ਬਰਾਤ ਢੁੱਕਣੀ ਉਹ ਜਗ੍ਹਾ, ਤਾਂ ਥੱਲੇ ਐਡਵਾਂਸ ਲਿਖ ਲਈਦਾ। ਠੀਕ ਹੈ। 5000 ਤੋਂ ਸ਼ੁਰੂ ਹੁੰਦਾ ਅਗਲੇ, ਲੇਕਿਨ ਅਗਰ 2-4 ਹਜ਼ਾਰ ਵੀ ਨਹੀਂ ਦਿੰਦੇ ਅਗਲੇ, ਫਿਰ 500-600 ਦੇ ਕੇ ਤਾਂ ਬੁੱਕ ਕਰ ਲੈਂਦੇ ਸਾਨੂੰ। ਅਸਲ 'ਚ ਸਾਨੂੰ ਉਮੀਦ ਹੁੰਦੀ ਉੱਤੋਂ। ਉੱਤੋਂ? ਕਿੱਥੋਂ? ਨਹੀਂ, ਉੱਤੋਂ ਹੁੰਦਾ ਜਿਹੜੇ ਉੱਤੋਂ ਪੈਸੇ ਨਹੀਂ ਹੁੰਦੇ, ਇਹ ਜਿਹੜਾ ਸੁੱਟਦੇ ਉੱਤੋਂ। ਹਾਂ, ਠੀਕ ਹੋ ਗਿਆ। ਕਦੀ ਵਾਰੀ ਤਾਂ ਉੱਤੋਂ ਝਗੜਾ ਵੀ ਹੋ ਜਾਂਦਾ, ਉੱਤੋਂ ਬਾਰਿਸ਼ ਹੋ ਜਾਂਦੀ ਹੈ। ਮਟ ਸਾਹਿਬ ਪਤਾ ਲੱਗਾ ਵੀ ਇੱਕ ਤੁਹਾਡੇ ਜਦੋਂ ਇਹ ਕੰਮ ਘਟਿਆ, ਹਾਂਜੀ, ਅਤੇ ਕੋਈ ਤੁਹਾਡਾ ਜਵਾਨ ਜਿਹੜਾ ਉਹ ਡਾਕਾ ਮਾਰਨ ਚਲੇ ਗਿਆ ਸੀ। ਆ ਪਿੱਛੇ ਜੇ ਤੁਸੀਂ ਦੇਖਿਆ ਹੋਵੇਗਾ ਵੀ ਅਸੀਂ ਆਪਣਾ ਬਰਾਤਾਂ ਦੇ ਤਾਂ ਬਾਜੇ ਵੱਜਦੇ ਹੀ ਵੱਜਦੇ ਆ, ਇੱਕ ਕੰਮ ਬੁੱਕ ਹੋ ਗਿਆ ਸਾਡਾ। ਠੀਕ ਹੈ। ਉਹਨਾਂ ਦਾ ਕਿਤੇ 100 ਸਾਲ ਤੋਂ ਉੱਤੇ ਬਜ਼ੁਰਗ ਮਰ ਗਿਆ। ਠੀਕ ਹੈ। ਉਹ ਕਹਿੰਦੇ ਜੀ ਉਹਦੇ ਅੱਗੇ ਬਾਜਾ ਵਜਾਉਣਾ, ਫੌਤਗੀ ਦੇ ਅੱਗੇ ਬਾਜਾ, ਸਾਡੀ ਰੂਹ ਮਰਦੀ ਜਾਵੇ ਵੀ ਇਹ ਕੀ ਹੋ ਗਿਆ ਹੁਣ। ਲੇਕਿਨ ਉਹਨਾਂ ਪੈਸੇ ਦਿੱਤੇ ਹੋਏ ਸੀਗੇ, ਉਹਨੇ ਕਿਹਾ ਵਜਾਉਣਾ। ਉਹ ਮੈਂ ਤੁਹਾਨੂੰ ਕੀ ਦੱਸਾਂ, ਯਕੀਨ ਕਰ ਬਈ। ਉਹ ਕਹਿੰਦੇ ਵੀ ਅਸੀਂ ਖੁਸ਼ੀਆਂ ਖਜੀਆਂ, ਸਾਡੇ ਤੋਂ ਪਹਿਲੇ ਤਾਂ ਉਹਨਾਂ ਬਾਬੇ ਦੇ ਅੱਗੇ ਖੁਸਰੇ ਵੀ ਨਹੀਂ ਚਾਏ ਘੰਟਾ। ਉਸ ਤੋਂ ਬਾਅਦ ਉਹ ਹਟਿਆ ਤਾਂ ਕਹਿੰਦੇ ਹੁਣ ਬਾਜੇ ਵਾਲਿਆਂ ਨੂੰ ਟਾਈਮ ਦੇ ਦਿਓ। ਠੀਕ ਹੈ। ਉਹ ਕਹਿੰਦੇ ਜੀ ਸਾਡੇ ਬਾਬੇ ਨੂੰ ਜਿਹੜਾ ਗਾਣਾ ਪਸੰਦ ਸੀ ਨਾ ਉਹ ਗਾਓ। ਉਹ ਫਿਰ ਉਹਨਾਂ ਗਾਣਾ ਦੱਸਿਆ, ਉਹ ਸਾਨੂੰ ਆਉਂਦਾ ਨਹੀਂ ਸੀਗਾ, ਅਸੀਂ ਵੀ ਕੋਈ ਹੋਰ ਗਾਈਏ ਵੀ ਬਾਬਾ ਤਾਂ ਮਰਿਆ, ਉਹਨੇ ਕਿਹੜਾ ਉੱਠ ਕੇ ਕਹਿਣਾ ਵੀ ਇਹ ਕੀ ਵਜਾਉਂਦਾ ਹੈ, ਮੇਰੀ ਪਸੰਦ ਆ ਨਹੀਂ। ਹਾਂ, ਉਹ ਅਸੀਂ ਵਜਾਉਂਦੇ ਵਜਾਉਂਦੇ ਕਬਰਸਤਾਨ ਤੱਕ ਪਹੁੰਚੇ ਹਾਂ, ਰੂਹਾਂ ਸਾਡੀਆਂ ਅੰਦਰੋਂ ਮਰੀਆਂ ਪਈਆਂ। ਮਾਸਟਰ ਦੇ ਵੀ ਹੱਥ ਕੰਬਣ ਵੀ ਇਹ ਕਿਹੜਾ ਕੰਮ ਫੜ ਲਿਆ ਸੀ। ਉੱਤੋਂ ਸਾਨੂੰ ਜਦੋਂ ਬਾਬਾ ਕਬਰ 'ਚ ਲਾਉਣ ਲੱਗੇ, ਮੈਨੂੰ ਕਹਿੰਦੇ ਜੀ ਵਿੱਚ ਵੜੋ, ਮੈਂ ਹੋਰ ਮਰ ਗਿਆ ਉੱਤੇ। ਮੈਂ ਕਿਹਾ ਹੁਣ ਮੈਂ ਕਬਰ ਦੇ ਵਿੱਚ ਉਤਰਾਂਗਾ। ਉਹ ਤਾਂ ਫਿਰ ਕਬਰਸਤਾਨ ਦੇ ਬਾਹਰ ਖਲੋ ਕੇ ਅਸੀਂ ਵਜਾਇਆ, ਬਹਾਰੋਂ ਫੁੱਲ ਬਰਸਾਓ ਮੇਰਾ ਬਾਬਾ ਆਇਆ ਹੈ। ਹਾਂਜੀ, ਉਹ ਗਾਣਾ ਅਸੀਂ ਵਜਾਇਆ ਉੱਥੇ, ਬਹਾਰੋਂ ਫੁੱਲ ਬਰਸਾਓ। ਤਾਂ ਉਹ ਫਿਰ ਉੱਥੇ ਦਫਨਾ ਕੇ ਫਿਰ ਫੁੱਲ ਫੁੱਲ ਵੀ ਉਹਨਾਂ ਨੇ ਪਾਏ। ਤਾਂ ਫਿਰ ਕਹਿੰਦੇ 72 ਕਦਮ 'ਤੇ ਫਿਰ ਵਜਾਓ।
ਹਾਂ ਜੀ ਸਾਡੀ ਜਾਨ ਨਾ ਛੱਡਣੋ। 72 ਕਦਮ ਦੇ ਬਾਜਾ ਵਜਾਇਆ ਅਸੀਂ, ਪੈਸੇ ਫੜੇ ਤਾਂ ਅਸੀਂ ਫਿਰ ਮੁੜ ਕੇ ਨਹੀਂ ਵੇਖਿਆ। ਉਹ ਤਾਂ ਕਹਿਣ ਵੀ ਰੋਟੀ ਖਾ ਕੇ ਜਾਣਾ ਤੁਸੀਂ, ਮੈਂ ਕਹਿੰਦਾ ਨਹੀਂ, ਇਸ ਰੋਟੀ ਨਾਲ ਮੌਤ ਚੰਗੀ। ਅੱਛਾ, ਜਦੋਂ ਤੁਹਾਡੇ ਕੋਲ ਬੰਦੇ ਘੱਟ ਹੁੰਦੇ ਨੇ ਜਾਂ ਕੋਈ ਬਿਮਾਰ ਹੁੰਦਾ, ਹਾਂਜੀ ਹਾਂਜੀ, ਅਤੇ ਤੁਸੀਂ ਆਰਡਰ 'ਤੇ ਕਿਤੇ ਬਰਾਤ ਵਜਾਉਣ ਜਾਣੀ ਹੈ, ਜੀ ਜੀ ਜੀ, ਸੁਣਿਆ ਤੁਸੀਂ ਇਹ ਮਜ਼ਦੂਰਾਂ ਮਜ਼ਦੂਰਾਂ ਨੂੰ ਲੈ ਜਾਂਦੇ ਹੋ ਜਿਹੜੇ ਕੋਈ ਰੰਗ ਕਰਨ ਵਾਲੇ ਜਾਂ ਰਾਜਗੀਰਾਂ ਦੇ ਨਾਲ ਜਿਹੜੇ ਮਜ਼ਦੂਰ ਹੁੰਦੇ ਨੇ? ਅਸਲ 'ਚ ਗੱਲ ਇਹ ਆ ਵੀ ਉਦੋਂ ਬਰਾਤ ਹੁੰਦੀ ਆ ਬਹੁਤੀਆਂ, ਸੀਜ਼ਨ ਹੁੰਦਾ ਸ਼ਾਦੀਆਂ ਦਾ, ਠੀਕ ਹੈ, ਜਿੱਦਾਂ ਕਿੰਨੋ ਦਾ ਸੀਜ਼ਨ ਹੁੰਦਾ, ਅੰਬ ਦਾ ਸੀਜ਼ਨ ਹੁੰਦਾ, ਦੁਆਣੇ ਦਾ ਸੀਜ਼ਨ ਹੁੰਦਾ, ਇੱਦਾਂ ਬਰਾਤਾਂ ਦਾ ਵੀ ਸੀਜ਼ਨ ਹੁੰਦਾ। ਸਮਝਦਾਰ ਹੋ ਤੁਸੀਂ, ਐਵੇਂ ਤਾਂ ਨਹੀਂ ਮੂੰਹ ਵੱਡਾ ਹੋਇਆ। ਉਹ ਫਿਰ ਅਸੀਂ ਉੱਥੇ ਜਾ ਕੇ ਨਾ ਮਜ਼ਦੂਰਾਂ ਦੇ ਅੱਡੇ 'ਤੇ ਉਹਨਾਂ ਨੂੰ ਵਰਦੀ ਪਵਾਲੇ ਦੀ, ਠੀਕ ਹੈ, ਉਹਨਾਂ ਨੂੰ ਬੜਾ ਵੀ ਤੁਸੀਂ ਸਿਰਫ ਮੂੰਹ ਨਾਲ ਲਾਈ ਰੱਖਣਾ, ਵਜਾਉਣਾ ਨਹੀਂ, ਠੀਕ ਹੈ ਜੀ। ਉਹ ਫਿਰ ਵਿਚਾਰੇ ਨਾ ਇੰਝ ਫੂਕਾਂ ਮਾਰਦੇ ਰਹਿੰਦੇ, ਵੱਜਣਾ ਕੀ ਹੈ, ਉੱਥੇ ਕਿਹੜਾ ਪਤਾ ਲੱਗਦਾ, ਅੱਲਾ ਅੱਲਾ। ਅਤੇ ਅੱਛਾ, ਉਹ ਬਰਾਤ ਦੇ ਵਿੱਚ ਉਹਨੂੰ ਇੱਕ ਦੋ ਬੰਦੇ ਫੜੇ ਵੀ ਜਾਂਦੇ ਸਾਡੇ। ਅੱਛਾ ਜੀ, ਉਹ ਕਿਸ ਤਰ੍ਹਾਂ? ਅਸੀਂ ਕਹਿ ਦਿੰਦੇ ਹਾਂ ਵੀ ਜਿਹੜਾ ਤੈਨੂੰ ਕਹੇ ਨਾ ਤੂੰ ਕਿਉਂ ਨਹੀਂ ਵਜਾਉਂਦਾ, ਤੂੰ ਕਹਿਣਾ ਮੇਰਾ ਮੂੰਹ ਪੱਕਾ। ਬਰਾਤਾਂ ਅੱਜ ਕੱਲ੍ਹ ਬਹੁਤ ਲੇਟ ਆਉਂਦੀਆਂ, ਅਗਰ ਸਾਨੂੰ 12 ਵਜੇ ਦਾ ਟਾਈਮ ਦਿੱਤਾ ਤਾਂ 3 ਵਜੇ ਬਰਾਤ ਆ ਰਹੀ ਹੈ, ਠੀਕ ਹੈ, ਉੱਥੇ ਅਸੀਂ ਜਲੀਲ ਹੋ ਰਹੇ ਹਾਂ। ਅਸੀਂ ਯਕੀਨ ਕਰੋ ਵੀ ਡਰਦੇ ਹਾਂ, ਰੋਟੀ ਨਹੀਂ ਖਾਣੀ 20 ਰੁਪਈਆਂ ਦੀ, ਅਸੀਂ 100 ਰੁਪਏ ਦੇ ਬਿਸਕੁਟ ਖਾ ਜਾਣੇ ਫਿਰਦਿਆਂ, ਕਿਉਂਕਿ ਬਰਾਤ ਹੀ ਨਹੀਂ ਆ ਰਹੀ। ਉੱਥੇ ਜ਼ਾਹਰ ਟਾਈਮ ਵੀ ਤਾਂ ਪਾਸ ਕਰਨਾ ਨਾ, ਭੁੱਖ ਲੱਗ ਜਾਂਦੀ ਹੈ, ਉੱਥੋਂ ਅੱਜ ਕੱਲ੍ਹ ਸਾਨੂੰ ਰੋਟੀ ਵੀ ਨਹੀਂ ਖਵਾਉਂਦੇ ਉਹ। ਅੱਛਾ ਜੀ, ਮਾਸਟਰ ਸਾਹਿਬ, ਉਹ ਦੱਸੋ ਜਿਹੜਾ ਤੁਹਾਡੇ ਕੋਲ ਕੋਈ ਸੇਬੇ ਵਾਲਾ ਬੰਬ ਚਲਾ ਦੇਵੇ ਬਰਾਤ 'ਚ, ਅਤੇ ਉਹ ਜਿਹੜਾ ਤੁਹਾਡਾ ਤਰਾਹ ਨਿਕਲਦਾ ਉਹਦੇ ਬਾਰੇ ਕੋਈ ਗੱਲ ਕਰੋ। ਉਹ ਤਾਂ ਹੁਣ ਸ਼ੁਕਰ ਆ ਵੀ ਹਕੂਮਤ ਨੇ ਥੋੜ੍ਹਾ ਬਹੁਤਾ ਇੱਥੇ ਕਾਬੂ ਪਾਇਆ, ਨਹੀਂ ਤਾਂ ਅਸਲਾ ਚੱਲਦਾ ਸੀ ਬਰਾਤਾਂ ਦੇ ਵਿੱਚ, ਐਵੇਂ ਲਾੜੇ ਦੇ ਖੋਲ ਖਲੋ ਕੇ ਤਾਂ ਕਈ ਬਾਜਿਆਂ ਵਾਲੇ ਮਰ ਗਏ, ਯਕੀਨ ਕਰ, ਇੱਦਾਂ ਹੀ ਵਿਚਾਰੇ। ਤਰਾਹ ਨਾਲ ਹੋਰ ਗੋਲੀ ਤਾਂ ਨਹੀਂ ਵੱਜੀ, ਖੜਾਕਣਾ ਮਰ ਜਾਈਦਾ ਅਸੀਂ ਤਾਂ। ਸੇਬੇ ਵਾਲਾ ਬੰਬ ਚੱਲੇ ਤਾਂ ਸਮਝੋ ਇੱਕ ਦੋ ਬਾਜਿਆਂ ਵਾਲੇ ਹੈ ਨਹੀਂ, ਬੇਹੋਸ਼ ਹੋ ਜਾਂਦੇ। ਨਹੀਂ 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 ਨਹੀਂ, ਐਨੂੰ ਨਿਕਲ ਜਾਂਦੇ ਆ, ਕੋਈ ਐਨੂੰ ਨਿਕਲ ਗਿਆ, ਕੋਈ ਐਨੂੰ ਨਿਕਲ, ਲਾਹਨਤ ਪਾਓ ਅਸੀਂ ਬਰਾਤ 'ਤੇ ਜਿੱਥੇ ਬੰਬ ਚੱਲਣ ਦਾ। ਇੱਕ ਬਰਾਤ 'ਤੇ ਅਸੀਂ ਪਹੁੰਚੇ ਹਾਂ ਤਾਂ ਨਾਈ ਕਹਿੰਦਾ ਵੀ ਆਪਣੇ ਮੁੰਡਿਆਂ ਨੂੰ ਸਮਝਾ ਦਿਓ ਕਿ ਜੇ ਕਿਸੇ ਨੇ ਪਟਾਕਾ ਚਲਾਇਆ ਤਾਂ ਮੇਰੇ ਕੋਲ ਦੇਗਾਂ ਖਰਾਬ ਹੋ ਜਾਣੀਆਂ। ਉਹ ਪਹਿਲੇ ਕਿਤੇ ਨਮਕ ਬਹੁਤਾ ਪਾ ਬੈਠਾ ਸੀ, ਠੀਕ ਹੈ, ਉਹ ਕਹਿਣ ਗਏ ਮੁੰਡੇ ਇੱਕ ਨੇ ਪਟਾਕਾ ਚਲਾ ਤਾ, ਨਾਈ ਨੇ ਮੋਢੇ 'ਤੇ ਸਾਫਾ ਰੱਖਿਆ ਤਾਂ ਉਹ ਗਿਆ, ਲੂਣ ਵਾਲੇ ਚੌਲ ਕੌਣ ਖਾਵੇ, ਅਸੀਂ ਆਪ ਉਦੋਂ ਭੁੱਖੇ ਰਹੇ ਹਾਂ। ਉਹ ਘਰ ਦੇ ਜਿੰਨੇ ਬਜ਼ੁਰਗ ਮੁੰਡਿਆਂ ਨੂੰ ਕੁੱਟਦੇ ਰਹੇ ਵੀ ਸਾਡਾ ਨਾਈ ਨਾਰਾਜ਼ ਕਰ ਦਿੱਤਾ, ਉਹ ਕਹਿੰਦਾ ਜੀ ਸਾਡਾ ਕੋਈ ਕਸੂਰ ਨਹੀਂ, ਉਹ ਤਾਂ ਪਕਾਉਂਦਾ ਹੀ ਇੱਦਾਂ, ਉਹਨੇ ਮਹੀਨੇ ਦੇ ਵਿਆਹ 'ਤੇ ਵੀ ਰੋਟੀ ਖਰਾਬ ਕਰਤੀ ਸੀ। ਇਹ ਬੜੇ ਬੜੇ ਵਾਕਿਆਤ ਹੁੰਦੇ ਆ ਯਾਰ। ਅੱਛਾ ਹੁਣ ਵਜਾਵਾਂ ਟਾਈਮ, ਉਹ ਇਹ ਨਹੀਂ ਵਜਾਉਣਾ ਭਾਈ। ਕਿੰਨੇ ਵਜੇ ਵਜਾਉਣਾ ਮੈਨੂੰ ਇਹ ਤੁਸੀਂ ਨਹੀਂ ਵਜਾਉਣਾ, ਇਹ ਵਜਾਉਣਾ ਹੀ ਨਹੀਂ। 5:20 ਹਾਂ ਹੀ ਸਾਨੂੰ ਬਰਾਤ ਚਗਲੇ ਕਹਿੰਦੇ ਨਹੀਂ ਵਜਾਉਣਾ ਵੀ ਬੰਦ ਕਰ ਦਿਓ, ਇੱਕ ਕਹਿੰਦਾ ਵਜਾਉਣਾ, ਇੱਕ ਕਹਿੰਦਾ ਨਹੀਂ ਵਜਾਉਣਾ। ਅੱਛਾ ਜੀ, ਤੁਹਾਨੂੰ ਜ਼ਿਆਦਾ ਸ਼ੌਕ ਹੈ ਨਾ ਵਜਾਉਣ ਦਾ? ਅੱਛਾ, ਘਰ ਜਦੋਂ ਲਾਗੇ ਆ ਜਾਂਦਾ ਨਾ ਕੁੜੀ ਵਾਲਿਆਂ ਦੇ, ਉੱਥੇ ਸਾਨੂੰ ਪੈਸੇ ਨਹੀਂ ਹੁੰਦੇ, ਜ਼ੋਰ ਬਹੁਤਾ ਲੱਗਦਾ ਸਾਡਾ, ਉੱਥੇ ਵਜਾਈਦਾ ਵਾ ਉਹ ਜਿਹੜੇ ਲੁੱਡੀ ਹੀ ਜਮਾਲੋ ਭਾਓ ਲੁੱਡੀ ਹੀ ਜਮਾਲੋ, ਉਹ ਤਾਂ ਫਿਰ ਮਾਈਆਂ ਬੁੱਢੇ ਖੁਸ਼ੀ ਦਾ ਮੌਕਾ ਹੁੰਦਾ ਨਾ, ਖੁਸ਼ੀ ਦਾ, ਠੀਕ ਹੈ, ਉਹ ਫਿਰ ਨੱਚਦੇ ਆ, ਉੱਥੇ ਸਾਡੇ ਹੱਥ ਕੱਖ ਨਹੀਂ ਆਉਂਦਾ। ਇਹ ਤੁਸੀਂ ਵਾਜੇ ਤੋਂ ਨਹੀਂ ਨਾ ਹਟਣਾ? ਨਹੀਂ ਜੀ। ਅਤੇ 5:20 'ਤੇ ਨਾ, ਹਾਂਜੀ, ਤੁਸੀਂ ਨਹੀਂ ਵਜਾਉਣਾ। 3 ਵਜੇ ਵੀ ਨਹੀਂ ਵਜਾਉਣਾ? ਨਹੀਂ ਵਜਾਉਣਾ। ਗੌਰਮੈਂਟ ਆਫ ਪਾਕਿਸਤਾਨ ਨੂੰ, ਹਕੂਮਤੀ ਅਦਾਰਿਆਂ ਨੂੰ ਕੁਛ ਕਹਿਣਾ ਚਾਹੁੰਦੇ? ਅਸੀਂ ਕੀ ਕਹਿਣਾ, ਮਸਕੀਨ ਲੋਕ ਹੈ ਜੀ, ਅਸੀਂ ਤਾਂ ਇਹੀ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਇਹ ਤੁਹਾਡੀ ਮਿਹਰਬਾਨੀ ਹੈ, ਕੋਈ ਸਾਡੇ 'ਤੇ ਵੀ ਨਜ਼ਰਸਾਨੀ ਕਰੋ, ਰਹਿਮ ਕਰੋ, ਕੋਈ ਬਰਾਤ ਦਾ ਥੋੜ੍ਹਾ ਜਿਹਾ ਟਾਈਮ ਵਧਾ ਦਿਓ, 10 ਵਜੇ ਸ਼ਾਦੀ ਹਾਲ ਬੰਦ ਹੋ ਜਾਂਦੇ ਆ, ਸਾਡੇ ਹੱਥਾਂ ਹੁੰਦਾ ਹੀ ਕੁਛ ਨਹੀਂ। ਤਾਂ ਇਹ ਆ ਵੀ ਮੈਂ ਚਾਹੁੰਦਾ ਵੀ ਇਹ ਕੰਮ ਪੈ ਗਿਆ ਹੁਣ ਮੱਧਮ, ਮੈਂ ਆਪਣੇ ਬੱਚੇ ਪੜ੍ਹਾਉਣੇ ਲਿਖਾਉਣਾ ਚਾਹੁੰਦਾ ਵਾਂ, ਤਾਂ ਕੋਈ ਐਜੂਕੇਸ਼ਨ ਵੱਲ ਧਿਆਨ ਦਿਓ ਕਿ ਸਾਡੇ ਮੁਲਕ ਦੇ ਜਿੰਨੇ ਵੀ ਛੋਟੇ ਛੋਟੇ ਬੱਚੇ ਪੜ੍ਹ ਜਾਣ, ਕੱਲ੍ਹ ਨੂੰ ਇਸ ਮੁਲਕ ਦਾ ਹੀ ਫਾਇਦਾ ਹੋਏਗਾ, ਕਿਉਂ ਜੀ? ਬਿਲਕੁਲ ਠੀਕ ਹੈ, ਯਾਨੀ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਪੜ੍ਹਨ, ਹਾਂ, ਤਾਂ ਔਰ ਹਕੂਮਤ ਤੁਹਾਨੂੰ ਉਹਦੇ ਸਪੋਰਟ ਕਰੇ, ਹਾਂ, ਮਹਿੰਗਾਈ 'ਤੇ ਥੋੜ੍ਹਾ ਕੰਟਰੋਲ ਕਰੋ, ਯਕੀਨ ਕਰੋ, ਹੁਣ ਤਾਂ ਮੈਂ ਫਿੱਕੀ ਚਾਹ ਪੀਣ ਲੱਗ ਪਿਆ। ਸ਼ੂਗਰ ਹੈ ਜੀ ਤੁਹਾਨੂੰ? ਉਹ ਚੀਨੀ ਬਹੁਤ ਮਹਿੰਗੀ ਭਾਈ, ਸ਼ੂਗਰ ਆ, ਸ਼ੂਗਰ ਹੋਵੇ ਤੇਰੇ ਦੁਸ਼ਮਣਾਂ ਨੂੰ। ਹੁਣ ਤਾਂ ਸਾਨੂੰ ਕੋਈ ਵਿਆਹ ਦਾ ਆਰਡਰ ਦੇਣ ਆਵੇ ਨਾ, ਅਸੀਂ ਕਹਿੰਦੇ ਐਡਵਾਂਸ ਰਹਿਣ ਦਿਓ, ਸਾਨੂੰ ਕਿਲੋ ਟਮਾਟਰ ਦੇ ਦਿਓ, ਉੱਥੇ ਜਾ ਕੇ ਵੀ ਅਸੀਂ ਕਹੀਦਾ ਵੀ ਵੇਲਣਾ ਰਹਿਣ ਦਿਓ, ਵੇਲਣਾ ਬਣਦਾ ਕੀ ਹੈ, ਕੋਈ ਸਾਨੂੰ ਆਪਣਾ ਕਿਲੋ ਚੀਨੀ ਲੈ ਦਿਓ, ਕੋਈ ਚੌਲ ਲੈ ਦਿਓ, ਘਿਓ ਲੈ ਦਿਓ, ਕੋਈ ਧਨੀਆ, ਕੋਈ ਮਿਰਚਾਂ, ਕੋਈ ਗੋਸ਼ਤ, ਕੱਚਾ ਰਾਸ਼ਨ ਦੇ ਦਿਓ, ਪੈਸੇ ਰਹਿਣ ਦਿਓ, ਪੈਸੇ ਤਾਂ ਸਾਰੇ ਬੱਚੇ ਲੈ ਜਾਂਦੇ, ਨਾਲੇ ਜਿੰਨੀ ਮਹਿੰਗਾਈ ਆ ਉਹਨਾਂ ਪੈਸਿਆਂ ਦਾ ਬਣਦਾ ਕੀ ਹੈ ਰਾਣਾ ਸਾਹਿਬ, ਤੁਸੀਂ ਆਹ ਵੱਡੇ ਮੂੰਹ ਵਾਲੇ। ਯਾਰ ਮੈਂ ਵੱਡੇ ਮੂੰਹ ਵਾਲਾ ਵਾਂ ਕਿ ਕਿਸੇ ਵੱਡੇ ਬੈਂਕ ਵਾਲਾ, ਮੈਨੂੰ ਤੁਸੀਂ ਹਰ ਗੱਲ 'ਚ ਮੇਰਾ ਮੂੰਹ ਪਾਈ ਜਾ ਰਹੇ? ਨਹੀਂ, ਮੈਂ ਇਹ ਚਾਹੁੰਦਾ ਵੀ ਹਕੂਮਤ ਬਸ ਕੁਛ ਥੋੜ੍ਹਾ ਜਿਹਾ ਠੀਕ ਹੈ, ਰਿਲੀਫ ਦੇਵੇ, ਰਿਲੀਫ ਠੀਕ ਹੈ, ਰਿਲੀਫ ਠੀਕ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਅੱਛਾ, ਹੁਣ ਵਜਾਵਾਂ? ਉਹ ਨਹੀਂ ਵਜਾਉਣਾ, ਇਹ ਨਹੀਂ ਵਜਾਉਣਾ, ਨਹੀਂ ਵਜਾਉਣਾ। ਇਹ ਫਿਰ ਤੁਸੀਂ ਮੁੱਲ ਲੈ ਲਓ ਜੇ ਮੈਂ ਨਹੀਂ ਵਜਾਉਣਾ। ਭਾਜੀ ਮੈਂ ਇਹਦਾ ਕੀ ਕਰਾਂਗਾ, ਇਹਨੂੰ ਮੈਂ ਤੋੜ ਕੇ ਕਿਤੇ ਦੀ ਮੈਂ ਬਰਾਤ ਬਣਾ ਲਾਂ, ਕੀ ਕਰਾਂ ਇਹਦਾ, ਦੱਸੋ। ਤੁਸੀਂ ਇੱਥੇ ਕਿਤੇ ਲਿਖ ਦਿਓ ਵੀ ਯਹਾਂ ਵਜਾਉਣਾ ਮਨਾ ਹੈ।
ਲਿਖਿਆ ਥੱਲੇ ਚੜ੍ਹੇ ਤੁਸੀਂ ਵੇਖਿਆ ਨਹੀਂ ਕਿ ਭਾਅ ਜੀ ਇਹ ਵੱਜਦਾ ਹੈ? ਭਾਅ ਜੀ ਅਸੀਂ ਲਿਖਿਆ ਥੱਲੇ ਕਿ ਯਹਾਂ ਹਾਰਨ ਵਜਾਣਾ ਮਨਾ ਹੈ, ਕੌਮ ਸੋ ਰਹੀ ਹੈ। ਤੁਸੀਂ ਪੜ੍ਹਿਆ ਨਹੀਂ? ਹੈ ਕੌਮ ਤਾਂ ਬਹੁਤ ਸੌ ਰਹੀ ਹੈ, ਬਾਕੀ ਜਿੰਨੀ ਠੰਡ ਹੈ ਕੌਮ ਸੌ ਰਹੀ ਹੈ। ਇਹ ਵੱਜਦਾ ਜੀ? ਹਾਂਜੀ ਵੱਜਦਾ। ਇਹ ਕਿਸ ਤਰ੍ਹਾਂ ਵੱਜਦਾ? ਇਹ ਇਸ ਤਰ੍ਹਾਂ ਵੱਜਦਾ ਜੀ। ਉਹ ਯਾਰ ਇਸ ਤਰ੍ਹਾਂ ਕਿਸ ਤਰ੍ਹਾਂ ਵੱਜਦਾ? ਇੱਕ ਘੰਟਾ ਮੈਂ ਕਹੀ ਜਾਣਾ ਵਜਾਵਾਂ ਵਜਾਵਾਂ। ਨਹੀਂ ਮੈਂ ਤਾਂ ਪੈਸੇ ਪੁੱਛੇ ਜੀ, ਤੁਸੀਂ ਤਾਂ ਗੁੱਸਾ। ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ। ਆਪਣਾ ਨਾਂ ਕੀ ਤੁਹਾਡਾ ਜੀ? ਸ਼ਫਕਤ ਮੇਰਾ ਨਾਂ ਹੈ। ਸ਼ਫਕਤ, ਮੈਂ ਨਾ ਮੁਹੱਬਤ ਕਰਨਾ ਜੀ, ਸ਼ਫਕਤ ਕਿਸੇ ਤੇ ਮਿਹਰਬਾਨੀ ਕਰਨਾ। ਕਿੰਨੀ ਦੇਰ ਹੋ ਗਈ ਤੁਹਾਡੇ ਸ਼ੋਅ 'ਚ ਬੈਠੇ ਜੀ? ਚਾਹ ਦਾ ਘੁੱਟ ਨਹੀਂ ਤੁਸੀਂ? ਤੁਹਾਡੇ ਕੇ ਕੱਪ ਪਏ? ਪਏ ਆ ਜੀ। ਇਹਦੇ 'ਚ ਚਾਹ ਤਾਂ ਹੈ ਨਹੀਂ? ਨਹੀਂ ਹੈ ਨਹੀਂ। ਅਤੇ ਹੋਣੀ ਵੀ ਨਹੀਂ? ਅੱਛਾ ਜੀ। ਤੁਹਾਨੂੰ ਚਾਹ ਪਿਆਨੇ ਆ, ਘਬਰਾਓ ਨਾ ਤੁਸੀਂ। ਚਾਹ ਜ਼ਰੂਰੀ ਹੈ। ਚਾਹ ਵੀ ਪਿਆਨੇ ਆ ਤੁਹਾਨੂੰ, ਔਰ ਤੁਹਾਨੂੰ ਜਾਣ ਲੱਗੇ ਅਸੀਂ 2-3 ਕਿਲੋ ਟਮਾਟਰ ਵੀ ਦੇਵਾਂਗੇ, ਤੁਹਾਡੇ ਵੀ ਇਲਾਮਾ ਦੋ। ਮਿਹਰਬਾਨੀ, ਖੈਰ ਹੋ। ਲੇਕਿਨ ਉਹ ਘਰ ਇਸਤੇਮਾਲ ਕਰਨੇ, ਵੇਚ ਨਹੀਂ ਲੈਣੇ ਜਾ ਕੇ। ਘਰ ਹੀ ਇਸਤੇਮਾਲ ਕਰਨੇ ਆ, ਮੈਂ ਜੰਗ 'ਚ ਇਸਤੇਮਾਲ ਕਰਨੇ ਆ? ਮੈਂ ਤਾਂ ਸੋਚਿਆ ਵੀ ਬੇਟੀ ਦੀ ਸ਼ਾਦੀ ਹੈ, ਅਗਰ ਤੂੰ ਮੈਨੂੰ 3 ਕਿਲੋ ਟਮਾਟਰ ਦੇ ਦੇਵੇਂ ਨਾ, ਤਾਂ ਮੈਂ ਵੇਚ ਕੇ ਥੋੜ੍ਹੇ ਜਿਹੇ ਪੈਸੇ ਹੋਰ ਪਾ ਕੇ ਅੰਗੂਠੀ ਬਣਵਾ ਲਾ ਸੋਨੇ ਦੀ। ਸ਼ੁਕਰੀਆ ਬੈਂਡ ਮਾਸਟਰ ਸਾਹਿਬ, ਤੁਸੀਂ ਤਸ਼ਰੀਫ ਲਿਆਏ। ਤੁਹਾਡਾ ਸ਼ੁਕਰੀਆ ਜੀ, ਤੁਸੀਂ ਸਾਨੂੰ ਸ਼ੋਅ 'ਚ ਬੁਲਾਇਆ। ਸਾਨੂੰ ਤਾਂ ਮਹੱਲੇ 'ਚ ਕੋਈ ਨਹੀਂ ਬੁਲਾਉਂਦਾ। ਅਸੀਂ ਆਪਣੇ ਮਸਾਇਲ ਵੀ ਬਿਆਨ ਕੀਤੇ ਔਰ ਤੁਸੀਂ ਪੁਰ ਰੌਣਕ ਗੱਲਾਂ ਵੀ ਕੀਤੀਆਂ। ਬੇਸ਼ੱਕ ਕੁਛ ਦੁੱਖ ਦੀ ਰਗ 'ਤੇ ਮੈਂ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਉਹ ਸਿਰਫ ਨਾਜ਼ਰੀਨ ਵਾਸਤੇ ਕਿ ਥੋੜ੍ਹਾ ਜਿਹਾ ਖੁਸ਼ਕ ਪ੍ਰੋਗਰਾਮ ਨਾ ਹੋ ਜਾਵੇ। ਹਾਂਜੀ। ਤੋ ਨਾਜ਼ਰੀਨ, ਬਹੁਤ ਸ਼ੁਕਰੀਆ, ਆਪਨੇ ਇਹ ਪ੍ਰੋਗਰਾਮ ਦੇਖਾ, ਬੈਂਡ ਮਾਸਟਰ ਕੀ ਬਾਤੇਂ ਸੁਣੀ। ਇਹ ਵੋ ਲੋਗ ਹੈ ਜਬ ਯੇ ਆਤੇ ਥੇ ਤੋ ਗਰਮ ਜੋਸ਼ੀ ਔਰ ਦੂਲਾ ਕੇ ਸਾਥੀਓਂ ਮੇਂ ਡਾਂਸ ਨਿਕਲ ਪੜਨਾ ਔਰ ਉਹਨੇ ਬੇਤਹਾਸ਼ਾ ਡਾਂਸ ਕਰਨਾ ਇਨਕੀ ਦੋਨੋਂ ਪੇ। ਇਨਕੇ ਬਗੈਰ ਬਾਰਾਤ ਕੋ ਨਾਮੁਕੰਮਲ ਸਮਝਿਆ ਜਾਤਾ ਥਾ, ਲੇਕਿਨ ਆਜ ਯੇ ਖੁਦ ਨਾਮੁਕੰਮਲ ਹੈ, ਹਮਾਰੀ ਤਵੱਜੋ ਕੇ ਮੁਸਤਹਿਕ ਹੈ। ਹਕੂਮਤ ਕੋ ਵੀ ਚਾਹੀਏ ਕਿ ਕੁਛ ਜੋ ਇਨ੍ਹੋਂਨੇ ਵਕਤ ਕੀ ਫੁਕਦਾਨ ਕੀ ਬਾਤ ਕੀ ਹੈ, ਕੁਛ ਵਕਤ ਵੀ ਬੜਾ ਦੇ ਰਾਤ ਕੋ ਬਰਾਤੋਂ ਕਾ, ਔਰ ਹਮਾਰੇ ਮੁਆਸ਼ਰਤੀ ਜੋ ਲੋਕ, ਹਮਾਰੇ ਮੁਆਸ਼ਰੇ ਕੇ ਜੋ ਲੋਕ ਹੈ ਜੋ ਇਨਕੋ ਬੁਲਾਤੇ ਹੈ, ਉਨਕੋ ਵੀ ਚਾਹੀਏ ਕਿ ਇਨਕਾ ਇੱਜ਼ਤ ਔਰ ਇਹਤਰਾਮ ਉਸੀ ਤਰ੍ਹਾਂ ਫਿਰ ਸੇ ਸ਼ੁਰੂ ਕਰ ਦੇ ਜਿਸ ਤਰ੍ਹਾਂ ਪਹਿਲੇ ਕੀਆ ਜਾਤਾ ਥਾ। ਆਇੰਦਾ ਇੱਕ ਨਏ ਕਿਰਦਾਰ ਕੇ ਸਾਥ ਆਪਕੇ ਸਾਹਮਣੇ ਹਾਜ਼ਰ ਹੋਂਗੇ। ਇਜਾਜ਼ਤ ਦੀਜੀਏ, ਅੱਲਾਹ ਹਾਫਿਜ਼।